ਜਿੱਥੇ ਪਾਈਪਲਾਈਨ ਡੈਮੇਜ ਹੋਈ ਪਈ ਹੈ ਤੇ ਬਲਦੇਵ ਨਗਰ ਵਿੱਚ ਕਸੋਲੀ ਵਾਟਰ ਤੋਂ ਜਿਹੜੀ ਆ ਰਹੀ ਹੈ ਤੇ ਇਸ ਟਾਈਮ ਸਾਡੇ ਨਾਲ ਐਕਸ਼ਨ ਸਾਹਿਬ ਖੜੇ ਆ, ਐਸ ਡੀ ਸਾਹਿਬ ਖੜੇ ਆ, ਜੇਈ ਸਾਹਿਬ ਖੜੇ ਨੇ ਤੇ ਅਸੀਂ ਦੱਸਣਾ ਚਾਹਾਂਗੇ ਕਿ ਮੋਹਾਲੀ ਸ਼ਹਿਰ ਦੇ ਵਿੱਚ ਜਿਹੜੀ ਸਮੱਸਿਆ ਆ ਰਹੀ ਹੈ ਉਹਦੇ ਲਈ ਪ੍ਰੋਪਰ ਰੈਗੂਲਰ ਕੰਮ ਕੀਤਾ ਜਾ ਰਿਹਾ ਹੈ। ਕੁਝ ਚੀਜ਼ਾਂ ਜਿਹੜੀ ਟੈਕਨੀਕਲੀ ਇਸ਼ੂ ਆਉਂਦੇ ਆ, ਜਦੋਂ ਵੀ ਟੈਕਨੀਕਲ ਇਸ਼ੂ ਆਉਂਦਾ ਤਾਂ ਉਹਨੂੰ ਟਾਈਮ ਲੱਗ ਜਾਂਦਾ ਠੀਕ ਕਰਨ ਨੂੰ ਤੇ ਹੁਣ ਅਸੀਂ ਜਿਹੜੀ ਅਸੀਂ ਮੌਕਾ 'ਤੇ ਆ ਕੇ ਦੇਖਿਆ ਤੇ ਮੌਕੇ 'ਤੇ ਦੇਖਣ ਤੋਂ ਬਾਅਦ ਪਤਾ ਲੱਗਿਆ 2 ਤੋਂ 4 ਦਿਨ ਹਰੇ ਲੱਗ ਸਕਦੇ ਨੇ ਠੀਕ ਹੋਣ ਨੂੰ। ਉਸ ਤੋਂ ਬਾਅਦ ਵੀ ਜਿਹੜਾ ਪ੍ਰੈਸ਼ਰ ਬਿਲਟ ਹੋਏਗਾ ਪਾਣੀ ਦਾ ਉਸ ਨੂੰ ਵੀ 2 ਦਿਨ ਹੋਰ ਐਕਸਟਰਾ ਲੱਗ ਸਕਦੇ ਨੇ ਪ੍ਰੈਸ਼ਰ ਬਿਲਟ ਹੋਣ ਨੂੰ। ਤੇ ਐਕਸ਼ਨ ਸਾਹਿਬ ਤੇ ਉਹਨਾਂ ਦੀ ਟੀਮ ਪੂਰੀ ਪ੍ਰੋਪਰ ਕੰਮ ਕਰ ਰਹੀ ਹੈ ਔਰ ਸ਼ਹਿਰ ਵਾਸੀਆਂ ਨੂੰ ਐਕਸ਼ਨ ਸਾਹਿਬ ਵੱਲੋਂ ਸਾਡੇ ਇੱਥੇ ਕੌਂਸਲਰ ਪਹੁੰਚੇ ਅਨੁਰਾਧਾ ਨੰਦ ਜੀ, ਬਲਜੀਤ ਕੌਰ ਮੈਡਮ ਜੀ ਤੇ ਮੈਡਮ ਵਾਲੀਆ ਜੀ ਪਹੁੰਚੇ ਹੋਏ ਨੇ। ਸਾਰੇ ਸ਼ਹਿਰ ਵਾਸੀਆਂ ਨੂੰ, ਵਾਰਡ ਵਾਸੀਆਂ ਨੂੰ ਬੇਨਤੀ ਹੈ ਕਿ ਪਲੀਜ਼ ਥੋੜ੍ਹਾ ਕੋਪਰੇਟ ਕਰੋ, ਸਟਾਫ ਨੂੰ ਵੀ ਕੋਪਰੇਟ ਕਰੋ ਤੇ ਕੌਂਸਲਰ ਨਾਲ ਦਾ ਵੀ ਸਾਥ ਨਿਭਾਓ, ਕੌਂਸਲਰ ਦਾ ਵੀ ਜਿੰਨੇ ਵੀ ਤੁਹਾਡੇ ਨਾਲ ਕੌਂਸਲਰ ਜੁੜੇ ਆ ਜਾਂ ਕਿਸੇ ਵੀ ਉਹਦੇ ਨਾਲ ਹੈਗੇ ਆ। ਤੇ ਸੈਕਿੰਡ ਥਿੰਗ ਕਿ ਪਾਣੀ ਦੀ ਰਿਕੁਐਸਟ ਬਾਰ ਬਾਰ ਕੀਤੀ ਜਾ ਰਹੀ ਹੈ ਕਿ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਦਿੱਕਤ ਆਉਣ ਕਰਕੇ ਗੱਡੀਆਂ ਧੋਣ ਦੀ ਬਿਲਕੁਲ ਪਰਹੇਜ਼ ਕੀਤਾ ਜਾਵੇ, ਕਿਉਂਕਿ ਗੱਡੀਆਂ ਦੇ ਉੱਪਰ ਜਿਹੜਾ ਆਪਾਂ ਪਾਣੀ ਵੇਸ਼ ਕਰਦੇ ਹਾਂ ਬਿਲਕੁਲ। ਅੱਜ ਮੈਂ ਪੰਜ ਫੇਸ ਤੋਂ ਬਲਜੀਤ ਕੌਰ ਐਮ ਸੀ ਤੁਹਾਡੇ ਕੋਲ ਆਈ ਹਾਂ ਕਿਉਂਕਿ ਸਾਡੇ ਸਾਰਾ ਆਪਣਾ ਏਰੀਆ ਜਿਹੜਾ ਹੈ ਬਹੁਤ ਜ਼ਿਆਦਾ ਦਿੱਕਤ ਮਹਿਸੂਸ ਕਰ ਰਿਹਾ ਪਾਣੀ ਦੀ, ਤਾਂ ਅਸੀਂ ਖੁਦ ਆ ਕੇ ਦੇਖਣਾ ਚਾਹੁੰਦੇ ਸੀਗੇ ਕਿ ਕਿਆ ਐਕਚੁਅਲ ਵਿੱਚ ਕਿਆ ਪ੍ਰੋਬਲਮ ਹੈ ਅਤੇ ਤੁਸੀਂ ਸਾਨੂੰ ਥੋੜ੍ਹਾ ਜਿਹਾ ਚਾਨਣਾ ਪਾਓਗੇ ਤਾਂ ਕਿ ਸਾਨੂੰ ਮੈਂ ਆਪਣੇ ਵਾਰਡ ਵਾਸੀਆਂ ਨੂੰ ਵੀ ਦੱਸ ਪਾਵਾਂ ਕਿਉਂਕਿ ਉਹ ਕੁਐਸਚਨ ਮੇਰੇ ਤੋਂ ਪੁੱਛਦੇ ਆ। ਨੈਚੁਰਲੀ ਉਹ ਫੇਸ ਕਰ ਰਹੇ ਆ ਪ੍ਰੋਬਲਮ ਤਾਂ ਹੈ ਹੀ ਹੈ ਬਹੁਤ ਵੱਡੀ, ਤੁਸੀਂ ਸਾਨੂੰ ਦੱਸੋਗੇ ਪਲੀਜ਼। ਬਿਲਕੁਲ ਮੈਮ, ਅਸੀਂ ਤੁਹਾਡੀ ਪ੍ਰੋਬਲਮ ਸਮਝਦੇ ਹਾਂ ਕਿ ਪਾਣੀ ਦੀ ਜੋ ਦਿੱਕਤ ਹੈ ਬਿਲਕੁਲ ਜੈਨੂਨ ਪ੍ਰੋਬਲਮ ਆ ਰਹੀ ਹੈ। ਉਹਦਾ ਮੇਨ ਰੀਜ਼ਨ ਇਹ ਹੈ ਕਿ ਜਿਹੜੀ 2 ਪਾਈਪਲਾਈਨਾਂ ਜਿਹੜੀਆਂ ਨੇ ਉਹ ਬੰਦ ਪਈਆਂ, ਇੱਕ ਯੂਟੀ ਵਾਲਿਆਂ ਦੀ ਬੰਦ ਪਈ ਹੈ ਪਿਛਲੇ 12 ਦਿਨ ਤੋਂ, ਇੱਕ ਸਾਡੀ ਵਾਲੀ ਪਾਈਪਲਾਈਨ ਨੂੰ 2 ਦਿਨ ਹੋ ਗਏ ਬ੍ਰੇਕ ਹੋਈ ਨੂੰ। ਉਸ ਕਰਕੇ ਜਿਹੜਾ ਰਾਹ ਵਾਟਰ ਹੈ ਉਹ ਮੋਹਾਲੀ ਰਾਹ ਵਾਟਰ ਹੀ ਜਿੰਨਾ ਜਾਣਾ ਚਾਹੀਦਾ ਉਹਦਾ 50% ਜਾ ਰਿਹਾ, 10 MGD ਜਾਣਾ ਚਾਹੀਦਾ ਉਹਦਾ 5 MGD ਜਾ ਰਿਹਾ, ਤਾਂ 50% ਪਾਣੀ ਹੋਣ ਕਰਕੇ ਸਾਡੇ ਕੋਲ ਪਾਣੀ ਹੀ ਇਸ ਟਾਈਮ ਪਿੱਛੋਂ ਘੱਟ ਆ ਰਿਹਾ, ਜਿਸ ਕਰਕੇ ਅਸੀਂ ਅੱਗੇ ਪਾਣੀ ਦੇ ਸਪਲਾਈ ਆਰਸ ਕੰਮ ਕਰੇ ਹੋਏ, ਉਹ ਸਪਲਾਈ ਆਵਰ ਘੱਟ ਹੋਣ ਕਰਕੇ ਪ੍ਰੈਸ਼ਰ ਬਿਲਟਅਪ ਨਹੀਂ ਹੋ ਰਿਹਾ। ਕਦੋਂ ਤੱਕ ਅਸੀਂ ਉਮੀਦ ਕਰ ਸਕਦੇ ਹਾਂ ਕਿ ਠੀਕ ਹੋ ਜਾਏਗਾ? ਇਸ ਨੂੰ ਜੇ ਬਾਰਿਸ਼ ਨਾ ਆਏ ਸਭ ਕੁਝ ਠੀਕ ਰਹੇ ਤਾਂ 2 ਦਿਨ 'ਚ ਅਸੀਂ ਇਸ ਨੂੰ ਚਲਾ ਦਾਂਗੇ। ਉਮੀਦ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ, ਦਿਨ ਨੂੰ ਵੀ ਹੋ ਰਿਹਾ ਰਾਤ ਨੂੰ ਵੀ ਹੋ ਰਿਹਾ। ਇੱਥੇ 24 hours ਅਸੀਂ ਲੇਬਰ ਰੋਟੇਟ ਕਰ ਦਿੰਦੇ ਹਾਂ, ਜਿਹੜੀ ਸ਼ਾਮ ਨੂੰ ਫਿਰ ਨੈਕਸਟ ਲੇਬਰ ਆ ਜਾਂਦੀ ਹੈ, ਫਿਰ ਸਵੇਰੇ 3 ਸ਼ਿਫਟਾਂ 'ਚ ਲੇਬਰ ਆ ਰਹੀ ਹੈ ਅਤੇ ਕੰਮ ਬਿਲਕੁਲ ਇੱਦਾਂ ਹੀ ਚੱਲ ਰਿਹਾ ਸੀ, ਬਿਲਕੁਲ ਨਹੀਂ ਕੰਮ ਰੁਕ ਰਿਹਾ। ਬਸ ਸਾਨੂੰ ਇਹ ਹੈ ਕਿ ਸਾਨੂੰ ਕੰਮ ਨੂੰ ਥੋੜ੍ਹਾ ਸਲੋ ਕਰਨਾ ਪੈ ਰਿਹਾ ਕਿ ਨੈਕਸਟ ਇੱਥੇ ਵਰਕ ਸਪੇਸ ਬਹੁਤ ਥੋੜ੍ਹੀ ਹੈ। ਇਸ ਲਾਈਨ ਜਿਹੜੇ ਆਪਾਂ ਜਿਹਦੇ 'ਤੇ ਆਪਾਂ ਸਟੈਂਡ ਕਰ ਰਹੇ ਹਾਂ, ਇਹ ਗਮਾਡਾ ਦੀ ਲਾਈਨ ਹੈ, ਇਸ ਨੂੰ ਵੀ ਬਚਾਉਣਾ ਕਿ ਇਹਦੇ 'ਤੇ ਲੋਡ ਨਾ ਪਵੇ, ਉਸ ਕਰਕੇ ਸਾਨੂੰ ਟਾਈਮ ਥੋੜ੍ਹਾ ਵੱਧ ਲੱਗ ਰਿਹਾ ਨੋਰਮਲ ਤੋਂ। ਮੈਨੂੰ ਲੱਗਦਾ ਅਸੀਂ ਭਾਜੀ ਤੁਸੀਂ ਬਹੁਤ ਗਰਮੀ ਦੇ ਵਿੱਚ ਆਪਣਾ ਪੂਰਾ ਐਫਰਟ ਕਰ ਰਹੇ ਹੋ, ਤੁਸੀਂ ਬਹੁਤ ਹਾਰਡ ਵਰਕਿੰਗ ਕਰ ਰਹੇ ਹੋ, ਤੁਹਾਨੂੰ ਸਲਾਮ ਹੈ, ਸਲੂਟ ਹੈ ਤੁਹਾਨੂੰ। ਪਿਛਲੇ 4 ਦਿਨ ਤੋਂ ਕਰਨੀ ਗਏ, ਇੱਥੇ ਰਹਿ ਰਹੇ ਅਸੀਂ, ਇੱਥੇ ਹੀ ਸਾਡਾ ਸਟੇਸ਼ਨ ਹੈ, ਇੱਥੇ ਹੀ ਅਸੀਂ ਨਾ ਐਸ ਡੀ ਓ ਸਾਹਿਬ ਗਏ ਨਾ ਜੇਈ ਸਾਹਿਬ ਗਏ, ਇੰਨੀ ਮੁਸ਼ਕਿਲ ਦਾ ਸਾਹਮਣਾ ਤੁਸੀਂ ਨਾਲ ਸਾਡੇ ਕਰ ਰਹੇ ਹੋ। ਸਾਨੂੰ ਇਹ ਕਿ ਨਾਲ ਦੀ ਕੋਈ ਹੋਰ ਲਾਈਨ ਵੀ ਨਾ ਡੈਮੇਜ ਹੋਏ ਤਾਂ ਕੰਮ ਹੀ ਚੱਲਦਾ। ਐਕਸ਼ਨ ਸਾਹਿਬ ਤਾਂ ਅਸੀਂ ਤਿੰਨੋਂ ਆਏ ਕਿਉਂਕਿ ਅਸੀਂ ਬੇਸਿਕ ਦੇਖਣਾ ਚਾਹੁੰਦੇ ਸੀਗੇ, ਹੈ ਨਾ? ਤੁਸੀਂ ਸਾਡਾ ਵੀ ਐਕਸ਼ਨ ਸਾਹਿਬ, ਇੱਕ ਹੋਰ ਸਾਡੀ ਛੋਟੀ ਜਿਹੀ ਰਿਕੁਐਸਟ ਹੈਗੀ ਹੈ ਕਿ ਮੈਂ 7 ਫੇਸ ਤੋਂ ਮੇਰੀ ਵਾਈਫ ਕੌਂਸਲਰ ਹੈ ਤੇ ਜਿਵੇਂ ਕਿ ਉੱਥੇ ਤੁਸੀਂ ਦੇਖਿਆ ਕਿ ਆਪਣਾ ਜਨਰੇਟਰ ਲੱਗਿਆ ਹੋਇਆ, ਜਦੋਂ ਵੀ ਪਾਣੀ ਸਪਲਾਈ ਬੰਦ ਹੁੰਦੀ ਹੈ ਜਨਰੇਟਰ ਆਪਰੇਟ ਨਹੀਂ ਕੀਤਾ ਜਾ ਰਿਹਾ, ਰੀਜ਼ਨ ਜਾਂ ਉਹਦਾ ਆਪਾਂ ਕਦ ਤੱਕ ਐਕਟਿਵ ਕਰਾਂਗੇ, ਪਬਲਿਕ ਨੂੰ ਸਾਨੂੰ ਜਵਾਬ ਦੇਣਾ ਬੜਾ ਔਖਾ ਹੁੰਦਾ ਹੈ। ਵੈਸੇ ਤਾਂ ਕੱਲ੍ਹ ਮੈਨੂੰ ਵੀ PSPCL ਦੇ ਐਕਸ਼ਨ ਸਾਹਿਬ ਦਾ ਫੋਨ ਆਇਆ ਸੀਗਾ ਕਿ 7 ਫੇਸ ਦਾ ਜੋ ਲੋਡ ਵਗੈਰਾ ਸ਼ਿਫਟ ਕਰ ਰਿਹਾ, ਉਸ ਕਰਕੇ ਸਾਡਾ ਜੋ ਬੂਸਟਰ ਹੈ ਉੱਥੇ ਵੀ ਇਲੈਕਟ੍ਰੀਸਿਟੀ ਨਹੀਂ ਸੀਗੀ, ਅਤੇ ਉਹ ਜਿਹੜਾ ਜਨਰੇਟਰ ਤੁਸੀਂ ਕਹਿ ਰਹੇ ਹੋ ਨਵੇਂ ਪ੍ਰੋਜੈਕਟ 'ਚ ਲੱਗਿਆ, ਅਮਰੁਤ ਪ੍ਰੋਜੈਕਟ 'ਚ, ਉਹ ਅਜੇ ਪ੍ਰੋਜੈਕਟ ਅੰਡਰ ਚੱਲ ਰਿਹਾ, ਅਜੇ ਕੰਪਲੀਟ ਨਹੀਂ ਹੋਇਆ। ਅਸੀਂ ਜਨਰੇਟਰ ਨੂੰ ਆਲਰੇਡੀ ਕੰਟਰੈਕਟਰ ਨੂੰ ਇੰਸਟਰਕਟ ਕਰਤਾ, 1 ਤੋਂ 2 ਦਿਨ 'ਚ ਉਹਨੂੰ ਵਰਕਿੰਗ ਹਾਲਤ 'ਚ ਕਰਦੇ ਹਾਂ। ਮਤਲਬ ਅਸੀਂ ਜਿਵੇਂ ਕੱਲ੍ਹ ਨੂੰ ਕੋਈ ਲਾਈਟ ਜਾਂਦੀ ਹੈ ਤਾਂ ਆਪਾਂ ਉਹਨੂੰ ਪ੍ਰੋਵਾਈਡ ਕਰਾਂਗੇ ਸਰਵਿਸ, ਜਿਹੜਾ ਜੈਨਸੈਟ ਵਾਲਾ ਉਹ ਅਸੀਂ ਰੈਡੀ ਕਰ ਲਿਆ, ਉਹਦੇ ਕੁਛ ਜਿਹੜੇ ਕਨੈਕਸ਼ਨਸ ਐਂਡ ਕੁਛ ਕੰਮ ਪੈਂਡਿੰਗ ਹੈ ਉਹ 1-2 ਦਿਨ 'ਚ ਕਰਾ ਦਾਂਗੇ। ਧੰਨਵਾਦ ਤੁਹਾਡਾ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ। ਥੈਂਕ ਯੂ।